ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਜੀ ਸਾਰਿਆਂ ਦਾ ਪੀ ਬੀ ਗਿਆਨ ਚੈਨਲ 'ਚ। ਸੋ ਹਾਜ਼ਰ ਹੋਏ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ, ਜਿਹਦੇ ਵਿੱਚ ਦੋਸਤੋ ਆਪਾਂ ਗੱਲ ਕਰਾਂਗੇ 5 ਅਤੇ 6 ਜੁਲਾਈ ਦੇ ਮੌਸਮ ਦੀ। ਸੋ 5 ਅਤੇ 6 ਜੁਲਾਈ ਨੂੰ ਜਿਹੜਾ ਕਿ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜੀ। ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਓ ਸ਼ੁਰੂ ਤੋਂ ਲੈ ਕੇ ਅੰਤ ਤੱਕ। ਜੇਕਰ ਸਾਡੇ ਚੈਨਲ 'ਤੇ ਨਵੇਂ ਆਏ ਜੀ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਔਰ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਆ ਤਾਂ ਸਾਡੀ ਆਉਣ ਵਾਲੀ ਅਗਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸੋ ਦੋਸਤੋ, ਵੀਡੀਓ ਨੂੰ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਕਰਦੇ ਹਾਂ ਜੀ 5 ਜੁਲਾਈ ਦੇ ਮੌਸਮ ਦੀ ਗੱਲ ਕਰਦੇ ਹਾਂ ਜੀ। 5 ਜੁਲਾਈ ਨੂੰ ਅਜਨਾਲਾ, ਬਟਾਲਾ, ਅੰਮ੍ਰਿਤਸਰ, ਦਸੂਹਾ, ਤਰਨ ਤਾਰਨ ਸਾਹਿਬ, ਪੱਟੀ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਰੂਪਨਗਰ, ਚੰਡੀਗੜ੍ਹ, ਖੰਨਾ, ਅੰਬਾਲਾ, ਮਲੇਰਕੋਟਲਾ, ਬਰਨਾਲਾ, ਸੰਗਰੂਰ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਜੀਰਾ, ਮਾਛੀਵਾੜਾ ਸਾਹਿਬ, ਫਾਜ਼ਿਲਕਾ ਅਤੇ ਅਬੋਹਰ। ਇਹਨਾਂ ਦੇ ਨਾਲ ਲੱਗਦੇ ਇਲਾਕਿਆਂ 'ਚ ਜਿਹੜਾ ਕਿ 5 ਜੁਲਾਈ ਨੂੰ ਸਵੇਰ ਵੇਲੇ ਹਲਕੀ ਬਾਰਿਸ਼ ਰਹੇਗੀ ਅਤੇ ਸ਼ਾਮ ਅਤੇ ਰਾਤ ਵੇਲੇ ਜਿਹੜਾ ਕਿ ਕਾਲੀ ਬੱਦਲਵਾਈ ਦੇ ਨਾਲ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਸੋ ਦੋਸਤੋ, ਇਹ ਸੀ ਆਪਣਾ 5 ਜੁਲਾਈ ਦਾ ਮੌਸਮ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ 6 ਜੁਲਾਈ ਦੇ ਮੌਸਮ ਬਾਰੇ। ਅਤੇ 6 ਜੁਲਾਈ ਨੂੰ ਦੋਸਤੋ ਅੰਮ੍ਰਿਤਸਰ, ਜਲੰਧਰ, ਅਜਨਾਲਾ, ਬਟਾਲਾ, ਤਰਨ ਤਾਰਨ ਸਾਹਿਬ, ਦਸੂਹਾ, ਹੁਸ਼ਿਆਰਪੁਰ, ਪੱਟੀ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਜਗਰਾਓਂ, ਖੰਨਾ, ਚੰਡੀਗੜ੍ਹ, ਅੰਬਾਲਾ, ਮਲੇਰਕੋਟਲਾ, ਬਰਨਾਲਾ, ਰੂਪਨਗਰ, ਫਾਜ਼ਿਲਕਾ, ਅਬੋਹਰ। ਇਹਨਾਂ ਦੇ ਨਾਲ ਲੱਗਦੇ ਇਲਾਕਿਆਂ 'ਚ 6 ਜੁਲਾਈ ਨੂੰ ਜਿਹੜਾ ਕਿ ਸਵੇਰ ਵੇਲੇ ਜਿਹੜਾ ਕਿ ਬਾਰਿਸ਼ ਪੈਣ ਦੀ ਪੂਰੀ ਸੰਭਾਵਨਾ ਹੈ। ਅਤੇ 6 ਜੁਲਾਈ ਨੂੰ ਇਹਨਾਂ ਇਲਾਕਿਆਂ 'ਚ ਸਵੇਰ ਵੇਲੇ ਜਿਹੜਾ ਕਿ ਪੂਰਾ ਤੇਜ਼ ਮੀਂਹ ਪਵੇਗਾ ਅਤੇ ਸ਼ਾਮ ਵੇਲੇ ਜਿਹੜਾ ਕਿ ਰਾਤ ਵੇਲੇ ਜਿਹੜਾ ਕਿ ਮੀਂਹ ਦੇ ਚਾਂਸ ਥੋੜ੍ਹਾ ਘੱਟ ਜਾਣਗੇ, ਹਲਕਾ ਅਤੇ ਦਰਮਿਆਨਾ ਮੀਂਹ ਜਿਹੜਾ ਰਹੇਗਾ ਸ਼ਾਮ ਵੇਲੇ। ਸੋ ਦੋਸਤੋ, ਇਹ ਸੀ ਆਪਣਾ ਕਿ 5 ਅਤੇ 6 ਜੁਲਾਈ ਦੇ ਮੌਸਮ ਦੀ ਜਿਹੜੀ ਕਿ ਜਾਣਕਾਰੀ। ਇਹਨਾਂ 2 ਦਿਨਾਂ 'ਚ ਪੂਰਾ ਮੀਂਹ ਪੈਣ ਦੀ ਸੰਭਾਵਨਾ ਹੈ ਜੀ। ਅਤੇ ਬਾਕੀ ਦੇ ਜਿਹੜਾ ਕਿ ਦਿਨ ਆ, ਬਾਕੀ ਜਿਹੜਾ ਕਿ ਮੌਸਮ ਜਿਹੜਾ ਕਿ ਖੁਸ਼ਕ ਰਹੇਗਾ। ਅਤੇ ਬਾਕੀ ਜਿਵੇਂ ਕੋਈ ਆਪਾਂ ਨੂੰ ਅਪਡੇਟ ਮਿਲੂਗੀ ਆਪਾਂ ਤੁਹਾਡੇ ਲਈ ਵੀਡੀਓ ਬਣਾ ਕੇ ਲੈ ਕੇ ਆਵਾਂਗੇ। ਸੋ ਵੀਡੀਓ ਚੰਗੀ ਲੱਗੀ ਹੋਵੇ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਜੇਕਰ ਸਾਡੇ ਚੈਨਲ 'ਤੇ ਨਵੇਂ ਆ ਜੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਔਰ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਓ, ਤੁਹਾਨੂੰ ਸਾਡੀ ਆਉਣ ਵਾਲੀ ਅਗਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸੋ ਵੀਡੀਓ ਵੇਖਣ ਲਈ ਦੋਸਤੋ ਤੁਹਾਡਾ ਧੰਨਵਾਦ। ਜਲਦ ਮਿਲਾਂਗੇ ਨਵੀਂ ਵੀਡੀਓ ਨਾਲ, ਤਦ ਤੱਕ ਲਈ ਇਜਾਜ਼ਤ ਦਿਓ, ਫਿਰ ਮਿਲਦੇ ਹਾਂ।